Don't
মুসলমানো गल ईमान दी काजी मुल्ला इकट्ठे होए धन श्री गुरु नानक देव जी महाराज सचे पातशाह जिन्हां दा असीं सारे मिलके पावन प्रकाश पुरब मना रहे हां। सारी सगत नूं लख लख मुबारकां ने। सच्चे पातशाह कृपा करन सारी संगत नूं चढ़दी कला बख्शन नाम बाणी दी प्रीत बख्शन। ते जदों असीं कोई गुरपुरब मनाउंदे आ प्रकाश पुरब मनाउंदे आ ते साडे लई सब तों ज़्यादा जरूरी हुंदा है कि असीं ओह गुरु साहिबानां दी दित्ती होई सिख्या ते अमल करिए। संगत विच बैठ के असीं कुछ सुणिया, असीं कुछ पढ़िया, कोशिश करिए महाराज अग्गे अरदास बेनती करिए कि उन्हूं मन्नीए, उन्हूं मन के उहदे ते चलीए, फिर सानूं उहदा फायदा है। प्रकाश पुरब मनाए दा, कोई गुरपुरब मनाए दा। सो जदों काजियां नाल सतगुर सच्चे पातशाह की मुलाकात हुई ते भाई गुरदास जी लिखते ने, कहिंदे पुछन गल ईमान दी काजी मुल्ला इकट्ठे होई। काजी ते मुल्ले सारे इकट्ठे हो गए ते ईमान दी गल धर्म दी गल छेड़न लग पए सतगुरु सच्चे पातशाह दे नाल। वड्डा सांग वरताया लख न सकै कुदरत कोई, कि उस अकाल पुरख दी जिहड़ी कुदरत है उहदी कायनात है उहदा कोई पार नहीं पा सकदा। एडा वड्डा पसारा सतगुरु सच्चे पातशाह ने रचिया होया है, कीता पसाओ एको कवाओ, इसते होए लख दरियाओ। सतगुरु सच्चे पातशाह दी जिहड़ी कुदरत है, ये जिहड़ी कायनात है, ये बड़ा वड्डा पसारा रचिया होया ते उहदा कोई अंत नहीं पा सकदा। अगे भाई गुरदास जी की लिखते ने, कहिंदे पुछन फोल किताब नूं, कि अपने धर्म दियां किताबां नूं फोल के
ਤੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਇਹ ਸਵਾਲ ਪੁੱਛਣ ਲੱਗੇ ਕੀ ਪੁੱਛਦੇ ਨੇ ਕਹਿੰਦੇ ਪੁੱਛਣ ਫੂਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਹੇ ਨਾਨਕ ਸਾਨੂੰ ਦੱਸੋ ਕਿ ਤੁਹਾਡੇ ਹਿਸਾਬ ਦੇ ਨਾਲ ਹਿੰਦੂ ਵੱਡਾ ਹੈ ਜਾਂ ਮੁਸਲਮਾਨ ਹਿੰਦੂ ਧਰਮ ਵੱਡਾ ਹੈ ਜਾਂ ਮੁਸਲਮਾਨ ਧਰਮ ਵੱਡਾ ਹੈ ਸਾਨੂੰ ਇਹਦਾ ਜਵਾਬ ਦਿਓ ਇੱਕ ਹਿਸਾਬ ਨਾਲ ਚਲਾਕੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਪਰਖਣਾ ਸੀ ਧੰਨ ਗੁਰੂ ਨਾਨਕ ਮਹਾਰਾਜ ਜਿਹੜੇ ਇਸ ਦੁਨੀਆਂ ਨੂੰ ਤਾਰਨ ਆਏ ਹੋਏ ਸਨ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਸਤਿਗੁਰ ਸੱਚੇ ਪਾਤਸ਼ਾਹ ਕੀ ਜਵਾਬ ਦਿੰਦੇ ਨੇ ਕਹਿੰਦੇ ਬਾਬਾ ਆਖੇ ਹਾਜ਼ੀਆਂ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜਵਾਬ ਦਿੰਦੇ ਨੇ ਸ਼ੁਭ ਅਮਲਾਂ ਬਾਝੋਂ ਦੋਨੋਂ ਕਿ ਨਾ ਤਾਂ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ ਜੇ ਉਹਨਾਂ ਦੇ ਅਮਲ ਚੰਗੇ ਨਹੀਂ ਆ ਜੇ ਉਹ ਕਰਮ ਚੰਗੇ ਨਹੀਂ ਕਰਦੇ ਤੇ ਉਹਦੇ ਤੋਂ ਬਿਨਾਂ ਦੋਨੋਂ ਹੀ ਰੋਣਗੇ ਚਾਹੇ ਉਹ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹਿੰਦੂ ਮੁਸਲਮਾਨ ਦੋਏ ਦਰਗਹਿ ਅੰਦਰ ਲਹਿਰ ਨਾ ਢੋਈ ਕਿ ਚਾਹੇ ਉਹ ਕਿਸੇ ਵੀ ਧਰਮ ਦਾ ਇਨਸਾਨ ਹੈ ਚਾਹੇ ਕੋਈ ਵੀ ਧਰਮ ਹੈ ਚਾਹੇ ਉਹ ਹਿੰਦੂ ਧਰਮ ਹੈ ਮੁਸਲਮਾਨ ਧਰਮ ਹੈ ਸਿੱਖ ਧਰਮ ਹੈ ਕੋਈ ਬੋਧੀ ਹੈ ਕੋਈ ਜੈਨੀ ਹੈ ਕੋਈ ਵੀ ਧਰਮ ਹੋਵੇ ਕਹਿੰਦੇ ਜਿਤਨੀ ਦੇਰ ਤੱਕ ਉਹਦੇ ਅਮਲ ਚੰਗੇ ਨਹੀਂ ਹੁੰਦੇ ਉਹਦੇ ਕਰਮ ਚੰਗੇ ਨਹੀਂ ਹੁੰਦੇ ਉਨੀ ਦੇਰ ਤੱਕ ਕਿਸੇ ਨੂੰ ਵੀ ਦਰਗਾਹ ਦੇ ਵਿੱਚ ਢੋਈ ਨਹੀਂ ਮਿਲਣੀ ਉਹਨੂੰ ਦਰਗਾਹ ਦੇ ਵਿੱਚ ਜਗ੍ਹਾ ਨਹੀਂ ਮਿਲਣੀ ਕਿਵੇਂ ਕੱਚਾ ਰੰਗ ਕਸੁੰਭ ਦਾ ਜਿਵੇਂ ਕਹਿੰਦੇ ਕਸੁੰਭ ਦਾ ਰੰਗ ਹੁੰਦਾ ਨਾ ਕੱਚਾ ਉਹਦੇ ਤੇ ਪਾਣੀ ਫੇਰੋ ਤੇ ਉਹ ਘੁਲ ਜਾਂਦਾ ਲੱਥ ਜਾਂਦਾ ਰੰਗ ਇਸੇ ਤਰ੍ਹਾਂ ਕਹਿੰਦੇ ਬੰਦੇ ਦੇ ਕਰਮ ਜੇ ਚੰਗੇ ਨਹੀਂ ਤੇ ਫਿਰ ਉਹ ਕੱਚੇ ਰੰਗ ਵਾਂਗੂ ਹੈ ਕਸੁੰਭ ਦੇ ਰੰਗ ਵਾਂਗੂ ਹੈ ਉਹ ਨਾਲ ਨਹੀਂ ਰਹਿੰਦੇ ਪਾਣੀ ਧੋਤਾ ਥਿਰ ਨਰ ਹੋਈ ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਏ ਖਲੋ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਜਿਹੜੀ ਸਿੱਖਿਆ ਹੈ ਇਸੇ ਦੌੜ ਦੇ ਵਿੱਚ ਅੱਜ ਸਾਰੀ ਦੁਨੀਆ ਲੱਗੀ ਹੋਈ ਹੈ ਕੌਣ ਵੱਡਾ ਚਾਹੇ ਉਹ ਕਿਸੇ ਧਰਮ ਦੀ ਗੱਲ ਲਾ ਲਈਏ ਚਾਹੇ ਇਨਸਾਨ ਦੀ ਗੱਲ ਲਾ ਲਈਏ ਹਰ ਕੋਈ ਆਪਣੇ ਆਪ ਨੂੰ ਵੱਡਾ ਸਾਬਿਤ ਕਰਨ 'ਚ ਲੱਗਾ ਹੋਇਆ ਪਰ ਜੇ ਅੱਜ ਅਸੀਂ ਸਾਰੇ ਰਲ ਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਇਹ ਗੱਲ ਸਿੱਖੀਏ ਇਸ ਗੱਲ ਨੂੰ ਸਮਝੀਏ ਕਿ ਸਾਡੇ ਅਮਲ ਚੰਗੇ ਹੋਣੇ ਬਹੁਤ ਜ਼ਰੂਰੀ ਨੇ ਤੇ ਜਦੋਂ ਅਸੀਂ ਆਉਂਦੇ ਹਾਂ ਨਾ ਗੁਰੂ ਘਰ ਦੇ ਵਿੱਚ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਹਾਂ ਤੇ ਇਕੱਲਾ ਮੱਥਾ ਟੇਕਣ ਦੇ ਨਾਲ ਸਾਡਾ ਪਾਰ ਉਤਾਰਾ ਨਹੀਂ ਹੋਣਾ ਸਤਿਗੁਰ ਸੱਚੇ ਪਾਤਸ਼ਾਹ ਅਸੀਂ ਆਈਏ ਗੁਰੂ ਘਰ ਦੇ ਵਿੱਚ ਅਸੀਂ ਬਾਣੀ ਸੁਣੀਏ ਫਿਰ ਬਾਣੀ ਪੜ੍ਹੀਏ ਤੇ ਜੇ ਸਾਡੇ ਕੰਨਾਂ ਦੇ ਵਿੱਚ ਗੁਰੂ ਨਾਨਕ ਦੇ ਜਿਹੜੇ ਬੋਲ ਪੈਂਦੇ ਨੇ ਉਹਨਾਂ ਨੂੰ ਸਮਝ ਕੇ ਉਹਨਾਂ ਨੂੰ ਮੰਨਣ ਦੀ ਕੋਸ਼ਿਸ਼ ਕਰੀਏ ਆਪਣੇ ਜੀਵਨ ਦੇ ਵਿੱਚ ਉਹਨੂੰ ਢਾਲੀਏ ਫਿਰ ਜਾ ਕੇ ਉਹਦਾ ਕੋਈ ਫਾਇਦਾ ਹੈ ਸਾਨੂੰ ਫਿਰ ਆ ਕੇ ਸਾਡਾ ਅੱਗਾ ਅਸੀਂ ਸਵਾਰ ਸਕਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਜਪ ਕੇ ਸਿਮਰਨ ਕਰਕੇ ਸੋ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ ਕਿ ਅੱਜ ਜੇ ਅਸੀਂ ਇੱਥੇ ਸਾਰੇ ਬੈਠੇ ਹਾਂ ਕੋਈ ਇੱਕ ਬਚਨ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕਰੀਏ ਮਹਾਰਾਜ ਕਿ ਸਾਡੇ 'ਤੇ ਕਿਰਪਾ ਕਰੋ ਕੋਈ ਇੱਕ ਬਚਨ ਸਾਡੇ ਜੋ ਕੰਨਾਂ ਦੇ ਵਿੱਚ ਪੈਂਦਾ ਹੈ ਕੋਈ ਇੱਕ ਸਾਨੂੰ ਸਮਝ ਆਵੇ ਅਤੇ ਉਹਨੂੰ ਆਪਣੇ ਜੀਵਨ ਦੇ ਵਿੱਚ ਢਾਲ ਸਕੀਏ ਉਹਨੂੰ ਅਸੀਂ ਮੰਨ ਸਕੀਏ ਅਤੇ ਤੁਹਾਡੀ ਕਿਰਪਾ ਹੋਵੇ ਸੱਚੇ ਪਾਤਸ਼ਾਹ ਤਾਂ ਹੀ ਹੋ ਸਕਦਾ ਹੈ ਅਤੇ ਜੇ ਅਸੀਂ ਸਿਰਫ ਆਏ ਹਾਂ ਮੱਥਾ ਟੇਕਿਆ ਲੰਗਰ ਪ੍ਰਸ਼ਾਦਾ ਛਕਿਆ ਅਤੇ ਘਰਾਂ ਨੂੰ ਚੱਲ ਗਏ ਅਤੇ ਫਿਰ ਸਾਡਾ ਇਹ ਪ੍ਰਕਾਸ਼ ਪੁਰਬ ਮਨਾਏ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਗੁਰੂ ਨਾਨਕ ਦੀ ਸਿੱਖਿਆ 'ਤੇ ਚੱਲੇ ਹੀ ਨਹੀਂ ਸੋ ਇਹ ਮਹਾਰਾਜ ਅੱਗੇ ਸਾਰੇ ਬੇਨਤੀ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੀ ਹੀ ਸੰਗਤ ਨੂੰ ਮਹਾਰਾਜ ਆਪਣੇ ਚਰਨਾਂ ਦੀਆਂ ਖੁਸ਼ੀਆਂ ਬਖਸ਼ਣ ਗੁਰਮਤ ਬਖਸ਼ਣ ਗੁਰਸਿੱਖੀ ਬਖਸ਼ਣ ਸੋ ਆਓ ਆਓ ਸਾਰੇ ਰਲ ਕੇ ਬਾਣੀ ਨਾਲ ਜੁੜਨਾ ਕਰੀਏ ਤੇਰੇ